ਮੇਰਾ ਨਾਮ ਇੰਦਰਜੀਤ ਕੌਰ ਆ ਅਤੇ ਮੇਰੇ ਹਸਬੈਂਡ ਦਾ ਨਾਮ ਜਸਵੰਤ ਸਿੰਘ ਆ ਅਤੇ ਪਿਛਲੇ 3 ਦਿਨਾਂ ਤੋਂ ਲਾਪਤਾ ਆ ਨਹੀਂ ਮਿਲਦੇ। ਸਾਨੂੰ ਇੱਕ ਇਤਲਾਹ ਮਿਲੀ ਸੀ ਜਿਸ ਵਿੱਚ ਕਿ ਇੱਕ ਐਲਜ ਐਬਡਕਸ਼ਨ ਦੀ ਰਿਪੋਰਟ ਆਈ ਸੀਗੀ ਕਿ ਇੱਕ ਲੜਕਾ ਜਿਹਦੀ ਕਿ ਕਾਰ ਜਿਹੜੀ ਆ ਉਹ ਸਰੂਪੁਰ ਦੇ ਕੋਲ ਇੱਕ ਰੋਡ ਦੇ ਉੱਤੇ ਬੈਂਡਨ ਜਗ੍ਹਾ 'ਤੇ ਮਿਲੀ ਸੀਗੀ ਅਤੇ ਉਹਦੇ ਵਿੱਚ ਗੱਡੀ ਦੀ ਚਾਬੀ ਵੀ ਲੱਗੀ ਹੋਈ ਸੀ ਅਤੇ ਉਹਦਾ ਇੱਕ ਬੂਟ ਵੀ ਉਹਦੇ ਵਿੱਚ ਪਿਆ ਸੀ ਉਹ ਲੜਕੇ ਦਾ ਅਤੇ ਉਹਦੀ ਫੈਮਿਲੀ ਨੇ ਦੇ ਬਿਆਨਾਂ ਦੇ ਉੱਤੇ ਅਸੀਂ ਸਵਿਫਟਲੀ ਕੰਮ ਕਰਦੇ ਹੋਏ ਪਰਚਾ ਦਰਜ ਕੀਤਾ ਸੀਗਾ ਅੰਡਰ ਸੈਕਸ਼ਨ 365 ਆਫ IPC ਦੈਟ ਇਜ਼ ਅਬਡਕਸ਼ਨ ਅਤੇ ਨਾਲ ਦੇ ਨਾਲ ਹੀ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕੰਮ ਉੱਤੇ ਲਗਾ ਕੇ ਉਹਨਾਂ ਦੇ CCTV ਕੈਮਰਾਜ਼ ਚੈੱਕ ਕੀਤੇ ਸੀ, ਉਹਦੀ CDRs ਦੇਖੀਆਂ ਸੀਗੀਆਂ, ਉਹਦੀਆਂ ਲਾਸਟ ਲੋਕੇਸ਼ਨ ਵਗੈਰਾ ਚੈੱਕ ਕੀਤੀਆਂ। ਇਨ ਦਾ ਮੀਨ ਟਾਈਮ ਇਹ ਮਾਮਲਾ ਜਿਹੜਾ ਸ਼ੱਕੀ ਜਾਪਦਾ ਸੀਗਾ, ਇਸ ਕਰਕੇ ਅਸੀਂ ਇਹਨੂੰ ਬੜੀ ਡੂੰਘਾਈ ਦੇ ਨਾਲ ਤਫਤੀਸ਼ ਕਰ ਰਹੇ ਸੀਗੇ। ਦੌਰਾਨੀ ਤਫਤੀਸ਼ ਸਾਨੂੰ ਇੱਕ ਹੋਰ ਨੰਬਰ ਮਿਲਿਆ ਜੋ ਕਿ ਉਹ ਲੜਕੇ ਨੇ ਨਵਾਂ ਪਰਚੇਸ ਕੀਤਾ ਸੀ ਜਲੰਧਰ ਤੋਂ। ਜਦੋਂ ਉਹਦੀ ਅਸੀਂ ਲੋਕੇਸ਼ਨ ਲਈ ਗਈ ਤਾਂ ਉਹ ਲੋਕੇਸ਼ਨ ਜਿਹੜੀ ਸੀਗੀ ਸਾਡੀ ਬੰਗੀਆਂ ਦੇ ਕੋਲ ਆਈ। ਅਸੀਂ ਆਪਣੀ ਟੀਮਸ ਜਿਹੜੀਆਂ ਅਲੱਗ ਅਲੱਗ ਟੀਮਸ ਬਣਾ ਕੇ ਆਪਣੀਆਂ ਬੰਗਾਂ ਰਵਾਨਾ ਕੀਤੀਆਂ ਅਤੇ ਲੜਕੇ ਨੂੰ ਸਹੀ ਸਲਾਮਤ ਹਾਲਤ ਦੇ ਵਿੱਚ ਉੱਥੋਂ ਰਿਕਵਰ ਕੀਤਾ। ਕੀ ਕਾਰਨ ਸਮਝੇ ਹੋ ਸਾਰੇ ਜਿਹੜਾ ਕਿਡਨੈਪਿੰਗ ਉਹਨੇ ਆਪ ਹੀ ਕਰਿਆ ਜੀ? ਜਦੋਂ ਉਹਨੂੰ ਲਾ ਕੇ ਫਿਰ ਅਸੀਂ ਪੁੱਛਗਿੱਛ ਕੀਤੀ ਕਿ ਕਿਸ ਨੇ ਉਹਦੀ ਕਿਡਨੈਪਿੰਗ ਕੀਤੀ ਸੀ, ਤਾਂ ਉਹਨੇ ਜਿਹੜਾ ਆਪਣਾ ਇਨਕਸ਼ਾਫ ਕੀਤਾ ਕਿ ਜੀ ਇਹ ਚੀਜ਼ ਉਹਨੇ ਆਪ ਹੀ ਸਾਰੀ ਸਟੇਜ ਕੀਤਾ ਸੀ ਡਰਾਮਾ, ਕਿਉਂਕਿ ਇਹ ਲੜਕਾ ਗਲਤ ਸੰਗਤ ਵਿੱਚ ਪੈ ਗਿਆ ਸੀਗਾ, ਜਿਸ ਕਰਕੇ ਇਹਨੇ ਆਪਣੇ ਫਾਦਰ ਦੇ ਅਕਾਊਂਟ ਦੇ ਵਿੱਚੋਂ ਕਰੀਬ 1-1.25 ਲੱਖ ਰੁਪਇਆ ਜਿਹੜਾ ਕਢਾ ਕੇ ਅਤੇ ਅਯਾਸ਼ ਪ੍ਰਸਤੀ ਦੇ ਉੱਤੇ ਖਰਚ ਕਰ ਦਿੱਤਾ ਸੀ। ਉਹਦੇ ਉਹਨਾਂ ਦਿਨਾਂ ਦੇ ਵਿੱਚ 20-30 ਹਜ਼ਾਰ ਕਢਾਇਆ ਗਿਆ। ਉਸ ਤੋਂ ਪਹਿਲਾਂ ਇਹ ਕਾਫ਼ੀ ਦੇਰ ਤੋਂ ਮਹੀਨੇ ਤੋਂ ਆਪਣੇ ਫਾਦਰ ਦੇ ਪੈਸੇ ਥੋੜ੍ਹੇ ਕਰਕੇ ਕਢਵਾ ਕੇ ਅਤੇ ਅਯਾਸ਼ ਪ੍ਰਸਤੀ ਵਿੱਚ ਪਿਆ ਹੋਇਆ ਸੀਗਾ, ਜਿਹਦੀ ਆਪਾਂ ਹੁਣ ਤਫਤੀਸ਼ ਕਰ ਰਹੇ ਹਾਂ ਕਿ ਇਹ ਪੈਸੇ ਕਿੱਥੇ ਖਰਚ ਕਰ ਰਿਹਾ ਸੀ, ਤਾਂ ਜੋ ਇਹਦੇ ਨਾਲ ਜੇਕਰ ਕੋਈ ਬੰਦੇ ਨੇ ਰਲ ਕੇ ਇਹ ਚੀਜ਼ ਸਾਰਾ ਡਰਾਮਾ ਜੇ ਇਹ ਤੋਂ ਰਚਵਾਇਆ ਤਾਂ ਅਸੀਂ ਉਸ ਨੂੰ ਵੀ ਇਸ ਦੇ ਵਿੱਚ ਜਿਹੜੇ ਆ ਕੜੀ ਤੋਂ ਕੜੀ ਸਜ਼ਾ ਦਵਾਵਾਂ। ਲੜਕਾ ਪਰਿਵਾਰ ਨੂੰ ਸੌਂਪ ਦਿੱਤਾ ਗਿਆ? ਹਾਂਜੀ, ਲੜਕਾ ਸਹੀ ਸਲਾਮਤ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ, ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸ ਦੇ ਵਿੱਚ ਕਰਵਾਓ, ਹਰ ਸਮੱਸਿਆ ਦਾ ਸਮਾਧਾਨ ਕਰਵਾਓ, ਜਿਵੇਂ ਗ੍ਰਹਿ ਕਲੇਸ਼, ਨੌਕਰੀ ਕਾਰੋਬਾਰ, ਸੌਗਣ ਦੁਸ਼ਮਣ ਤੋਂ ਛੁਟਕਾਰਾ, ਲਵ ਮੈਰਿਜ ਪ੍ਰੋਬਲਮ, ਵਿਦੇਸ਼ ਯਾਤਰਾ, ਕੋਰਟ ਕੇਸ, ਪਤੀ ਪਤਨੀ ਦੇ ਵਿੱਚ ਕਲੇਸ਼, ਲਾਟਰੀ ਸੱਟਾ ਨੰਬਰ, ਜਾਦੂ ਟੋਣਾ, ਕੀਤਾ ਕਿਰਾਇਆ, ਰੁੱਸੇ ਨੂੰ ਬਣਾਉਣਾ, ਵੀਜ਼ਾ ਪ੍ਰੋਬਲਮ, ਗ੍ਰੀਨ ਕਾਰਡ, ਹੁਣੇ ਕਾਲ ਕਰੋ ਮੀਆਂ ਸਮਰ ਜੀ 73409 36488 73409 36488।